ਦੋਸਤੋ, ਸ਼ਹਿਰ ਸੰਗਰੂਰ ਦੇ ਵਿੱਚ ਇੱਕ ਇਹ ਅੰਕਲ ਮਿਲੇ ਜੋ ਕੁਲਚਿਆਂ ਦਾ ਕੰਮ ਕਰਦੇ ਨੇ ਅਤੇ ਇਹ ਲੰਘ ਰਹੇ ਸੀ ਅਤੇ ਅਸੀਂ ਸੋਚਿਆ ਵੀ ਚਲੋ ਇਹਨਾਂ ਤੋਂ ਕੁਲਚੇ ਖਾ ਕੇ ਦੇਖਦੇ ਹਾਂ ਵੀ ਕਿੱਦਾਂ ਦਾ ਬਣਾਉਂਦੇ ਨੇ। ਅਤੇ ਅੰਕਲ ਨੇ ਪੂਰਾ ਸੈਟਅਪ ਆਪਦਾ ਰੇਹੜੀ 'ਤੇ ਤਿਆਰ ਕਰਿਆ ਹੋਇਆ, ਤਵਾ, ਗੈਸ, ਅਤੇ ਇਹਨਾਂ ਨੇ ਇੱਕ ਚੱਲਦੀ ਫਿਰਦੀ ਰੇਹੜੀ 'ਤੇ ਕੰਮ ਕਰਦੇ ਨੇ, ਸਾਈਕਲ ਰੇਹੜੀ ਇਹਨਾਂ ਨੇ ਤਿਆਰ ਕਰੀ ਹੋਈ ਆ। ਅਤੇ ਇਹ ਜ਼ਿਆਦਾਤਰ ਸਲਾਮੀ ਗੇਟ, ਆਪਣਾ ਰੇਲਵੇ ਸਟੇਸ਼ਨ ਚੌਂਕ ਆ ਗਿਆ ਜੀ, ਉੱਧਰ ਜ਼ਿਆਦਾ ਹੁੰਦੇ ਨੇ। ਅਤੇ ਇਹ ਦੇਖੋ ਇਹਨਾਂ ਨੇ ਪੂਰੇ ਗਰਮਾ ਗਰਮ ਛੋਲੇ ਦੀ ਸਬਜ਼ੀ ਆ ਜਿਹੜੀ ਤਿਆਰ ਕਰੀ ਹੋਈ ਉਹ ਪਾ ਕੇ ਦੇ ਰਹੇ ਨੇ ਨਾਲ। ਅਤੇ ਇੱਕ ਇਹਨਾਂ ਕੋਲ ਕਚੌਰੀ ਵੀ ਹੁੰਦੀ ਆ, ਜੇ ਤੁਸੀਂ ਖਾਣ ਦੇ ਸ਼ੌਕੀਨ ਹੋ ਤਾਂ ਇਹ ਵੀ ਲੈ ਕੇ ਖਾ ਸਕਦੇ ਹੋ। ਅਤੇ ਇੱਧਰ ਦੇਖੋ ਆਪਣੇ ਦੋ ਪਲੇਟ ਆਪਾਂ ਕਰਵਾਏ ਇਹਨਾਂ ਤੋਂ ਅਤੇ ਉਹ ਤਿਆਰ ਕਰਕੇ ਦੇ ਰਹੇ ਨੇ ਅੰਕਲ। ਬ੍ਰੈਡ ਇਹਨਾਂ ਨੇ ਜਿਹੜੀ ਕੁਲਚੇ ਵਾਲੀ ਹੁੰਦੀ ਹੈ ਗਰਮ ਹੋ ਰਹੀ ਹੈ ਤਵੇ ਦੇ ਉੱਤੇ, ਅਤੇ ਇਹਨਾਂ ਦਾ ਨੰਬਰ ਵੀ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ। ਜੇ ਤੁਸੀਂ ਖਾਣ ਦੇ ਸ਼ੌਕੀਨ ਹੋ ਤਾਂ ਤੁਸੀਂ ਇਹਨਾਂ ਨੂੰ ਫੋਨ ਮਾਰ ਕੇ ਬੁਲਾ ਸਕਦੇ ਹੋ, ਕਿਤੇ ਵੀ ਤੁਸੀਂ ਦੁਕਾਨ ਆ ਤੁਹਾਡੀ ਸਲਾਮੀ ਗੇਟ ਸਾਈਡ ਨੇੜੇ 'ਤੇ ਬੁਲਾ ਕੇ ਤੁਸੀਂ ਖਾ ਸਕਦੇ ਹੋ, ਅਤੇ ਕਿਤੇ ਵੀ ਹੋਣਗੇ ਤੁਹਾਡੇ ਕੋਲ ਆ ਜਾਣਗੇ ਇਹ। ਲਓ ਜੀ, ਆਪਣੀਆਂ ਦੋ ਪਲੇਟਾਂ ਕੁਲਚਿਆਂ ਦੀਆਂ ਤਿਆਰ ਹੋ ਚੁੱਕੀਆਂ ਨੇ ਅਤੇ ਦੇਖਦੇ ਹਾਂ ਖਾ ਕੇ ਕਿੱਦਾਂ ਦਾ ਟੇਸਟ ਹੈ ਇਹਨਾਂ ਦਾ। ਅਤੇ ਤੁਸੀਂ ਵੀ ਵੱਧ ਤੋਂ ਵੱਧ ਸਪੋਰਟ ਕਰਿਓ ਅੰਕਲ ਨੂੰ, ਕੁਲਚੇ ਖਾਓ, ਵਧੀਆ ਨੇ, ਟੇਸਟ ਵੀ ਇਹਨਾਂ ਦਾ ਗੁੱਡ ਆ। ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵੀਡੀਓ, ਅਤੇ ਵੱਧ ਤੋਂ ਵੱਧ ਕਿਸੇ ਨੂੰ ਕੰਮ ਦੇ ਵਿੱਚ ਸਪੋਰਟ ਹੋ ਸਕੇ। ਅਤੇ ਥੈਂਕ ਯੂ ਜੀ, ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।